बल्ले बल्ले फिल्म एंड रिकॉर्ड्स तो प्रसारित इस विशेष प्रोग्राम दे विच मैं तजिंदर चोपड़ा आप सब का स्वागत करता है। अज का साडा विशेष प्रोग्राम आजादी दिवस नूं समर्पित है। 75 साल हो गए ने साडे देश नूं आजाद होए, बहुत तरक्की कीती देश ने, लेकिन बहुत कुछ होण वाला है, बहुत कुछ ऐसा अणगौलिया रह गया जिहड़ा कि नहीं हो सकिया। उसी चीज नूं लैके असीं इह प्रोग्राम अज का प्रोग्राम तैयार किया है और इस प्रोग्राम दे विच साडे विशेष मेहमान ने पंजाब यूनिवर्सिटी चंडीगढ़ तो रिटायर्ड प्रोफेसर जगवंत सिंह जी और जो कि सैक्टर 32 के एसटी कॉलेज तो रिटायर हुए ने, बतौर प्रिंसीपल भी रहे ने और बड़े अच्छे पैनलिस्ट भी ने, कई टीवी प्रोग्राम्स ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ। ਸਵਾਗਤ ਹੈ ਜੀ ਪ੍ਰੋਫੈਸਰ ਸਾਹਿਬ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡਾ ਦੇ, ਤੁਹਾਡੀ ਟੀਮ ਦਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਤੇ ਮੈਨੂੰ ਤੁਹਾਡੇ ਨਾਲ ਉਹਨਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਪ੍ਰੋਫੈਸਰ ਤੁਸੀਂ ਬਹੁਤ ਜੁੜੇ ਹੋਏ ਹੋ ਐਜੂਕੇਸ਼ਨ ਦੇ ਨਾਲ ਔਰ ਤੁਹਾਡਾ ਬੜਾ ਲੰਮਾ ਤਜਰਬਾ ਹੈ। ਮੈਂ ਚਾਹਾਂਗਾ ਕਿ ਪਹਿਲਾਂ ਸਰੋਤਿਆਂ ਨੂੰ ਥੋੜ੍ਹੀ ਜਿਹੀ ਆਪਣੇ ਪਿਛੋਕੜ ਦੀ ਜਾਣਕਾਰੀ ਦਿਓ। ਮੇਰੀ ਪੰਜਾਬ ਯੂਨੀਵਰਸਿਟੀ ਨਾਲ ਜਿਹੜਾ ਸੰਬੰਧ ਹੈ ਉਹ ਅਸਲ ਮੈਨੇ ਵਿੱਚ 1976 ਸ਼ੁਰੂ ਹੁੰਦਾ ਜਦੋਂ ਮੈਂ ਉੱਥੇ ਵਿਦਿਆਰਥੀ ਦੇ ਤੌਰ ਤੇ ਗਿਆ। 1978 ਤੋਂ ਬਾਅਦ ਮੈਂ ਐਸਟੀ ਕਾਲਜ ਵਿੱਚ ਕਮਰਸ ਲਗਾਤਾਰ ਪੜ੍ਹਾਇਆ ਅਤੇ 38 ਸਾਲ ਹੀ ਮੈਂ ਉੱਥੇ ਨੌਕਰੀ ਕੀਤੀ। ਇਸ ਪੀਰੀਅਡ ਦੇ ਦੌਰਾਨ ਜੋ ਅਧਿਆਪਕ ਲਹਿਰ ਹੈ, ਚਾਹੇ ਉਹ ਕਾਲਜਾਂ ਦੀ ਹੈ, ਚਾਹੇ ਉਹ ਯੂਨੀਵਰਸਿਟੀ ਦੀ ਹੈ, ਔਰ ਕੁਛ ਦੇਰ ਲਈ ਸਕੂਲ ਅਧਿਆਪਕਾਂ ਦੇ ਨਾਲ ਵੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਕਿਉਂਕਿ ਮੈਂ ਇਸ ਗੱਲ 'ਚ ਵਿਸ਼ਵਾਸ ਕਰਦਾ ਕਿ ਇੱਕ ਅਧਿਆਪਕ ਨੂੰ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਹੁੰਦਾ, ਉਹਨਾਂ ਨੇ ਕੋਈ ਸਮਾਜ ਸੇਵਾ ਵੀ ਕਰਨੀ ਹੁੰਦੀ ਹੈ, ਸਮਾਜ ਨੂੰ ਕੁਛ ਹੋਰ ਤਰੀਕੇ ਦੀ ਦੇਣ ਵੀ ਕਰਨੀ ਹੁੰਦੀ ਹੈ। ਅਤੇ ਮੈਂ ਸੋਚਿਆ ਕਿ ਜਿਸ ਕਿੱਤੇ ਨਾਲ ਮੈਂ ਜੁੜਿਆ ਹੋਇਆ ਉੱਥੇ ਬਹੁਤ ਕੁਛ ਇੰਪਰੂਵ ਕਰਨ ਦੀ ਜ਼ਰੂਰਤ ਹੈ, ਉਸ ਵਿੱਚ ਮੈਨੂੰ ਮਿਹਨਤ ਕਰਨੀ ਚਾਹੀਦੀ ਹੈ। ਉਹ ਮੈਂ ਅੱਜ ਵੀ ਕਰ ਰਿਹਾ, ਅੱਜ ਵੀ ਮੈਂ ਪੰਜਾਬ ਫੈਡਰੇਸ਼ਨ ਯੂਨੀਵਰਸਿਟੀ ਕਾਲਜ ਟੀਚਰ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਸ ਮੌਕੇ ਜੋ ਉੱਭਰ ਕੇ ਮੁੱਦੇ ਸਾਹਮਣੇ ਆ ਰਹੇ ਆ ਉਹਨਾਂ 'ਚ ਮੇਰੇ ਨਾਲ ਰਿਸਰਚ ਸਕਾਲਰ ਅਤੇ ਵਿਦਿਆਰਥੀ ਵੀ ਜੁੜ ਰਹੇ ਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸੋਚ ਰਿਹਾ ਕਿ ਮੈਂ ਉਹਨਾਂ 'ਤੇ ਕੰਮ ਕਰਦਾ ਰਹਾਂਗਾ। ਪ੍ਰੋਫੈਸਰ ਸਾਹਿਬ, ਸਾਡੇ ਦੇਸ਼ ਨੂੰ 75 ਸਾਲ ਹੋ ਗਏ ਨੇ ਆਜ਼ਾਦ ਹੋਏ ਨੂੰ, ਜਿਵੇਂ ਕਿ ਬਹੁਤ ਕੁਝ ਸਾਡੇ ਦੇਸ਼ ਦੇ ਵਿੱਚ ਹੋਇਆ, ਬੜੀ ਤਰੱਕੀ ਹੋਈ ਸਾਡੇ ਦੇਸ਼ ਦੇ ਵਿੱਚ, ਜੇਕਰ 1947 ਤੋਂ ਲੈ ਕੇ ਅੱਜ 2021 ਤੱਕ ਦੇ ਸਫ਼ਰ ਨੂੰ ਦੇਖੀਏ ਬਹੁਤ ਕੁਝ ਸਾਡੇ ਦੇਸ਼ ਵਿੱਚ ਪ੍ਰੋਗਰੈਸਿਵ ਬਹੁਤ ਕੁਝ ਹੋਇਆ, ਲੇਕਿਨ ਬਹੁਤ ਕੁਝ ਬਾਕੀ ਵੀ ਹੈ ਜਿਹੜਾ ਹੋਣਾ ਚਾਹੀਦਾ ਸੀ ਔਰ ਜਿਹੜਾ ਨਹੀਂ ਹੋਇਆ। ਤੁਹਾਡਾ ਕੀ ਕਹਿਣਾ ਇਸ ਬਾਰੇ? ਮੈਂ ਇੱਕ ਗੱਲ ਕਹਿ ਸਕਦਾ ਕਿ 1947 ਤੋਂ ਲੈ ਕੇ ਹੁਣ ਤੱਕ ਵਾਕਈ ਅਸੀਂ ਬਹੁਤ ਪ੍ਰਾਪਤੀਆਂ ਕੀਤੀਆਂ, ਪਰ ਜੇ ਅਸੀਂ ਬਹੁਤ ਸਹੀ ਤਰੀਕੇ ਦੀ ਪੜਚੋਲ ਕਰੀਏ ਤਾਂ ਇਹ ਵੀ ਨਜ਼ਰ ਆਉਂਦਾ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਸੀਂ ਜੋ ਪ੍ਰਾਪਤ ਕਰਨਾ ਚਾਹੀਦਾ ਸੀ ਉਹ ਅਸੀਂ ਨਹੀਂ ਕਰ ਪਾਏ। ਜਿਸ ਤਰੀਕੇ ਨਾਲ ਅਸੀਂ ਇੱਕ ਟੀਚਾ ਤਾਂ ਰੱਖਿਆ ਸੀ ਕਿ 10 ਸਾਲਾਂ 'ਚ ਅਸੀਂ ਆਪਣੇ ਯੂਨੀਵਰਸਲਾਈਜ਼ੇਸ਼ਨ ਐਜੂਕੇਸ਼ਨ ਕਰਾਂਗੇ, ਪਰ ਅੱਜ ਤੱਕ ਪੂਰੀ ਤਰ੍ਹਾਂ ਨਹੀਂ ਹੋ ਪਾਈ। ਅੱਜ ਵੀ ਤਕਰੀਬਨ 20% ਬੱਚਾ ਜਿਹੜਾ ਉਹ ਸਕੂਲ ਨਹੀਂ ਜਾ ਪਾ ਰਿਹਾ। ਇਹ ਸਾਡੀ ਇੱਕ ਬਹੁਤ ਵੱਡੀ ਨਾਕਾਮਯਾਬੀ ਹੈ ਜਿਹੜੀ ਜਦੋਂ ਅਸੀਂ ਆਜ਼ਾਦੀ ਦੇ ਦਿਹਾੜੇ 'ਤੇ ਖੁਸ਼ੀ ਮਨਾ ਰਹੇ ਹਾਂ। ਸਾਨੂੰ ਉਸ ਮੌਕੇ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਕੀ ਅਸੀਂ ਪ੍ਰਾਪਤ ਨਹੀਂ ਕਰ ਪਾਏ, ਕਿਉਂਕਿ ਸੈਲੀਬ੍ਰੇਸ਼ਨ ਦੇ ਮੂਡ ਦੇ ਵਿੱਚ ਜਦੋਂ ਅਸੀਂ ਆਪਣੀਆਂ ਕਮੀਆਂ ਭੁੱਲਾਂਗੇ
तो इसका मतलब आने वाले टाइम से असी उस कोई प्रोग्रेस नहीं कर पावे। ये मैं एजुकेशन के खेत्र एक बहुत बड़ी कमी नज़र आती है, पर मैं ये कहा कि देश ने तरक्की की है 1947 तो बाद जो देश के वंड तो बाद जो रिफ्यूजी क्राइसिस आ इस मुश्किल घड़ी के सरकार ने बहुत सही तरीके उसनों अगे किया, और उस तो बाद जो इंडस्ट्री इकोनमी है वो खास करके सैकेंड जी सा प्लैन से वो तो बड़ा अच्छा काम होया। उस तो बाद सानू फिर एक्सपीरियंस होया जो खास करके 60 के दहाके दे अकाल पे तो सानू बाहरलियां मुल्कां तो अनाज लई डिपेंड करना पिया। वो एक ऐसा दौर भी मैं अपने देखा जवानी दिन कि PL-480 के अधीन अमरीका सानू मुफ्त कणक दिंदा सी तां कि हिंदुस्तानियों का पेट भरिया जा सके। मैनू याद है कि किसी मौके उस गल च गल कोठ हुंदी सी कि प्रधानमंत्री जवाहर लाल नहरू कहिंदे कि मैं बहुत शर्मिंदा महसूस करदा जदों दूजे मुल्कां जाके मैनू कुछ मंगना पैंदा। तो उन्होंने इस गल दे विच पहला टीचा ही धरिया कि असी जो खाद प्राप्त चीज़ा ने जो साडा फूड इशू है इहनूं असी सैटल करिए, तो उसका एक आउटकम ग्रीन रेवोल्यूशन हुंदा जिस विच नॉर्थ इंडिया पंजाब हरियाणा और वैसटर्न यूपी ने बड़ा बड़ा योगदान है, और अज असी उस स्थिति च जिथे साढ़े को फूड ग्रेन का सरपलस है, और कभी इस गल की चिंता नहीं महसूस होंगी कि असी हिंदुस्तान की आबादी को रोटी नहीं दे पावे। अनाज साढ़े को है, रोटी ना दे पाने के कारण जो लोग भुख ना मरते अज भी कुछ मरते हैं उसके कारण साढ़े प्रबंधक ही ने अनाज की कोई कमी नहीं है एक बड़ी प्राप्ति। बहुत बड़ी गिनती दे विच लोग मरते ने सौंदे ने भुखे भी सौंदे ने। डिस्ट्रीब्यूशन प्रणाली जी साड़ी है उसके विच काफी उन्नताइयां देखने को मिलती है। कल डिस्ट्रीब्यूशन प्रणाली नहीं साड़िया पॉलिसी दे विच भी कमी है। असी फूड सिक्योरिटी का एक्ट भी पास कर दिता पर असी इस गल इंश्योर नहीं कर पाए हजे तक कि सबनों फूड सिक्योरिटी मिले, और इसमें जो साड़ी कमजोरी है वह कोविड के दौरान बहुत बुरी तरह उभर के सामने आई। जे असी सही मैनेज पड़चोल करिए साडा जो एडमिनिस्ट्रेशन चलता है जो साडा सिस्टम चलता है वह कितने कितने कमजोर है उस विच की मुश्किलों ने यह कोविड ने पूरी तरह एक्सपोज कर दित्तियां, चाहे वह हैल्थ सैक्टर है चाहे वह एजुकेशन सैक्टर है जां साडे भुख नूं किस तरीके नाल इदां दी सिचुएशन च असी मैनेज करना उहदे बारे असी कह सकते हैं कि एक साढ़े सिस्टम दी कमजोरियां पूरी तरह उभर के आई हैं, और जे असी सही तरीके नाल उस तों लैसन सीखिए तो असी अगे नूं बहुत कुछ इंप्रूवमेंट कर सकते हैं। किसी भी मुल्क नूं जो अपने माड़े तजर्बे होंदे ने उन्हां चों सीख के अगे वधना हुंदा, ये बड़ा माड़ा तजर्बा गया। फूड सिक्योरिटी एक्ट के अंडर किस तरह असी अपनी सारी पॉपुलेशन भुख तो उन्होंने भुख जी मिटानी है वो बारे सानू सोचना पेगा। उस में मैं बहुत स्कोप नज़र आता है क साढ़े फूड ग्रेन की कमी नहीं है, इसके बावजूद के साडे जो नवे खेती बिल ने उन्होंने करके किसानों के ते सरकार दे विच एक बड़ा टकराव पैदा होया उहदे विच कई चिंता के विषय होणगे, पर फूड ग्रेन की कमी नहीं है। ऐसी इस मौके कई बार फूड ग्रेन एक्सपोर्ट करते हैं, तो सब तो वड्डी जिहड़ी मैं अचीवमेंट ये मन्नागा। इस दे नाल नाल इंडस्ट्री विच भी असीं बहुत तरक्की कीती है, उस विच साडे मिक्सड एक्सपीरियंस रहे आ। जे आपां देखिए तां जदों आजादी तो बाद दा टाइम है उस पर पंडित नहरू जी जमाने दे विच पब्लिक सैक्टर की बड़ी ग्रोथ है जी, क्योंकि प्राइवेट कैपिटल उस मौके उस इनवैसट नहीं सी कर सकते। अज दे इस दौर दे विच जिथे कैपिटलिज्म डोमीनेट कर रहा, जिथे न्यू कैपिटलिज्म की टेंडेंसी निकल रही है, कई बार देखने जाता कि सोशल मीडिया से लोग पंडित जवाहर लाल नहरू कोसते हैं, उन्होंने शायद इस गल का पता नहीं कि प्राइवेट कैपिटल उस मौके वो कुछ करने की कपैसिटी नहीं सी जो अज कर रहे हैं। उस मौके के लिए साढ़े लिए जो मिक्सड इकोनमी का सोशलिज्म का मॉडल से उही सही सी, उही सही कदम चुके गए। जदों मुल्क अगे वधदे आ उस वे तब्दीलियां आउंदियां चेंजेस आउंदियां, वह चेंज नूं कोई रोक नहीं सकदा हुंदा, वह चेंजेस 1991 तो बाद शुरू होंदी है, उहदे विच वी साढ़े मिक्स एक्सपीरियंस ने। सो जे आपां उस 1947 तो 91 दा टाइम पीरियड लवांगे उत्थे वी साढ़े मिक्स एक्सपीरियंस, उस तों बाद वी मिक्स एक्सपीरियंस ने। बहुत लोग पहले वाले पीरियड नूं अच्छा मनणगे, कुछ लोग उस पिछले वाले पीरियड नूं अच्छा मनणगे जिस विच जिहड़ी इकोनमी की ग्रोथ रेट अच्छी रही, पर जो डिस्ट्रीब्यूशन ऑफ वैल्थ और डिस्ट्रीब्यूशन ऑफ जो साडा कह लो कि GDP है उत्ते आके असीं देखते हैं तो सानू बहुत बार नज़र आता कि अज के टाइम कैपिटलिज्म जिहड़ा सब तो निम्न वर्ग है वह पिछड़ रहा है, असीं उन्हां नूं सहूलियत नहीं दे पा रहे जो उन्हें देनी चाहिए। मैं इस वेले एग्जाम्पल देवांगा, जो असीं डिजिटल इंडिया की गल कर रहे हैं उस मौके ही साढ़े को डाटा आता कि कोविड के मार के दौरान 2 करोड़ बच्चा नहीं पढ़ पाया क्योंकि डिजिटल इंडिया उन्हें तक पहुँच नहीं सकता।
ਉਹ ਸਾਡੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਸੋ ਇਸ ਤਰੀਕੇ ਦੀਆਂ ਇਹ ਮਿਕਸ ਐਕਸਪੀਰੀਐਂਸਿਸ ਨੇ, ਸ਼ਾਇਦ ਜ਼ਿੰਦਗੀ ਤੇ ਵੀ ਮਿਕਸ ਐਕਸਪੀਰੀਐਂਸ ਦੀ ਤਰ੍ਹਾਂ ਮੁਲਕਾਂ ਦੀ ਜਿਹੜੀ ਜ਼ਿੰਦਗੀ ਉਹ ਵੀ ਮਿਕਸ ਐਕਸਪੀਰੀਐਂਸ ਵਾਲੀ ਹੈ। ਸਾਨੂੰ ਉਸ ਤੇ ਹੈਰਾਨ ਨਹੀਂ ਹੋਣਾ ਚਾਹੀਦਾ, ਉਸ ਵਿੱਚ ਕੋਈ ਨਬੋਸ਼ੀ ਵਾਲੀ ਗੱਲ ਨਹੀਂ ਹੈ, ਉਸ ਨੂੰ ਸੁਧਾਰਿਆ ਕਿੱਦਾਂ ਜਾ ਸਕਦਾ, ਸਾਨੂੰ ਉਸ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਪ੍ਰੋਫੈਸਰ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਕਾਨਮੀ ਨੂੰ, ਕੰਟਰੀ ਦੀ ਗਰੋਥ ਨੂੰ ਦੋ ਹਿੱਸਿਆਂ 'ਚ ਵੰਡਿਆ, 1947 ਤੋਂ ਲੈ ਕੇ 1991 ਅਤੇ 1947 ਤੋਂ ਲੈ ਕੇ ਹੁਣ 2021 ਤੱਕ ਕਿਵੇਂ ਚੱਲ ਰਿਹਾ। ਔਰ ਕੋਵਿਡ ਦੀ ਗੱਲ ਸੀ ਜਿੱਥੇ ਅਸੀਂ ਪਹਿਲਾਂ ਕਰ ਰਹੇ ਸੀਗੇ, ਕੋਵਿਡ ਤੋਂ ਹੀ ਮੈਂ ਲੈਣਾ ਵੀ, ਕੋਵਿਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਕੁਝ ਐਕਸਪੋਜ਼ ਹੋਇਆ, ਅਸੀਂ ਇਰਰਿਸਪੈਕਟਿਵ ਆਫ ਪੋਲੀਟੀਕਲ ਪਾਰਟੀਜ਼, ਮੈਂ ਗੱਲ ਕਹਾਂਗਾ ਕਿ ਸਾਰੇ ਸਿਸਟਮ ਦੇ ਵਿੱਚ ਸਾਡਾ ਸਾਰਾ ਤਾਣਾ ਬੇਟਾ ਜਿੰਨਾ ਵੀ ਹੈ ਉਹ ਸਾਰਾ ਹੀ ਅਸਫਲ ਰਿਹਾ, ਸਾਰਾ ਸਿਸਟਮ ਹੀ ਸਾਡਾ ਅਸਫਲ ਰਿਹਾ। ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਉਹਨਾਂ ਦੀ ਕੁਛ ਪੋਲੀਟੀਕਲ ਵਿਲ ਨਹੀਂ ਕਹਿ ਸਕਦੇ ਜਾਂ ਪੋਲੀਟੀਕਲ ਵਿਲ ਨਹੀਂ ਸੀ ਉਹਨਾਂ 'ਚ, ਹਜ਼ਾਰਾਂ ਹੀ ਲੱਖਾਂ ਹੀ ਲੋਕ ਸੜਕਾਂ 'ਤੇ ਰੁਲੇ ਔਰ ਹਿਊਮਨ ਰਿਸੋਰਸ ਜਿਹੜਾ ਹੈ ਉਸਨੂੰ ਮੈਨੇਜ ਨਹੀਂ ਕਰ ਸਕੇ ਇਹ, ਔਰ ਲੋਕਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਨਹੀਂ ਕਰ ਸਕੀਆਂ ਸਰਕਾਰਾਂ, ਅਨਾਜ ਨਹੀਂ ਉਹਨਾਂ ਤੱਕ ਪਹੁੰਚਾ ਸਕੀਆਂ, ਔਰ 1200 ਕਿਲੋਮੀਟਰ ਤੱਕ ਇੱਕ ਲੜਕੀ ਸਾਈਕਲ ਚਲਾ ਕੇ ਜਾ ਰਹੀ ਹੈ ਆਪਣੇ ਫਾਦਰ ਨੂੰ, ਅਪਾਹਜ ਪਿਤਾ ਨੂੰ ਲੈ ਕੇ ਜਾ ਰਹੀ ਹੈ, ਔਰ ਸਰਕਾਰਾਂ ਨੇ ਉਹਨਾਂ 'ਤੇ ਇੱਕ ਅੱਖਰ ਵੀ ਨਹੀਂ ਬੋਲਿਆ, ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਬੋਲਿਆ, ਔਰ ਲੋਕਾਂ ਦਾ ਹਿੰਮਤ ਜੋਸ਼ ਦੇਖਿਆ ਬਣਦਾ ਸੀਗਾ ਕਿ ਆਪਣੀ ਜਾਨ ਬਚਾਉਣ ਦੇ ਲਈ ਉਹਨਾਂ ਨੇ ਉਸਦਾ ਸਾਰਾ ਇਸਤੇਮਾਲ ਕੀਤਾ, ਲੇਕਿਨ ਸਰਕਾਰਾਂ ਵੱਲੋਂ ਕੋਈ ਬਹੁਤਾ ਜਿਹੜਾ ਹੈ ਸਾਨੂੰ ਦੇਖਣ ਨੂੰ ਨਹੀਂ ਆਇਆ ਕਿ ਇਸ ਤਰ੍ਹਾਂ ਦਾ ਕੋਈ ਕਦਮ ਸੋਲਿਡ, ਕੋਈ ਇਸ ਤਰ੍ਹਾਂ ਦੀ ਮੈਨੇਜਮੈਂਟ ਬਣਦੀ ਤਾਂ ਜੋ ਜਿਹੜਾ ਹੈ ਇਹ ਜਿਹੜੀ ਹਿਊਮਨ ਟਰਾਂਸਪੋਰਟੇਸ਼ਨ ਹੋ ਰਹੀ ਸੀ ਉਸ ਨੂੰ ਪ੍ਰੋਪਰ ਤਰੀਕੇ ਨਾਲ ਸੰਭਾਲਿਆ ਜਾਵੇ। ਅਸਲ ਵਿੱਚ ਜੋ ਕੋਵਿਡ ਦਾ ਖਾਸ ਕਰਕੇ ਸੈਕਿੰਡ ਵੇਵ ਦੇ ਵਿੱਚ ਜੋ ਚੀਜ਼ਾਂ ਉੱਭਰ ਕੇ ਸਾਡੇ ਸਾਹਮਣੇ ਆਉਂਦੀਆਂ ਉਹ ਇਸ ਗੱਲ ਨੂੰ ਦਿਖਾ ਰਹੀਆਂ ਕਿ ਅਸੀਂ ਹੈਲਥ ਤੇ ਐਜੂਕੇਸ਼ਨ ਜੋ ਲਗਾਤਾਰ ਇਗਨੋਰ ਕੀਤਾ, ਹਰੇਕ ਪੋਲੀਟੀਕਲ ਪਾਰਟੀ A to Z ਮੈਂ ਕਹਾਂਗਾ, ਜਦੋਂ ਇਲੈਕਸ਼ਨ ਦਾ ਮੌਕਾ ਆਉਂਦਾ ਉਸਲੇ ਸਿੱਖਿਆ ਤੇ ਸਿਹਤ ਦੀ ਗੱਲ ਕਰਦੀਆਂ ਨੇ, ਜਦੋਂ ਉਹ ਪਾਰਟੀ ਪਾਵਰ 'ਚ ਆ ਜਾਂਦੀ ਹੈ ਤੇ ਫਿਰ ਇਹ ਉਹਨਾਂ ਦੇ ਏਜੰਡੇ 'ਤੇ ਰਹਿੰਦਾ ਨਹੀਂ। ਉਸ ਵਿੱਚ ਜਿਹੜੇ ਲੋਕ ਹੈਲਥ ਸੈਕਟਰ ਨਾਲ ਜੁੜੇ ਹੁੰਦੇ ਨੇ, ਸੋਸ਼ਲ ਸੈਕਟਰ ਨਾਲ ਜੁੜੇ ਹੁੰਦੇ ਨੇ, ਐਜੂਕੇਸ਼ਨ ਸੈਕਟਰ ਨਾਲ ਜੁੜੇ ਹੁੰਦੇ, ਉਹਨਾਂ ਲਈ ਬੜਾ ਨਮੋਸ਼ੀ ਦਾ ਦੌਰ ਨਿਕਲਦਾ ਕਿ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਸੰਭਾਲੀਏ। ਜੋ ਕੋਵਿਡ ਦਾ ਇਹ ਟਾਈਮ ਹੈ ਇਹ ਸਾਡੇ ਹੈਲਥ ਸੈਕਟਰ ਦੀ ਜੋ ਟੋਟਲ ਪਾਲਿਸੀ ਸੀ, ਜੋ ਸਾਡੀ ਇਨਵੈਸਟਮੈਂਟ ਸੀ, ਉਹਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਕੇ ਰੱਖਦਾ ਕਿ ਹੈਲਥ ਸਿਸਟਮ ਤੁਸੀਂ ਇਸ ਤਰੀਕੇ ਨਾਲ ਮੈਨੇਜ ਨਹੀਂ ਕਰ ਸਕਦੇ। ਉਹਦਾ ਰੀਜ਼ਨ ਹੈ ਕਿ ਅਸੀਂ ਪਬਲਿਕ ਫੰਡਡ ਹੈਲਥ ਸਿਸਟਮ ਨੂੰ ਪਿੱਛੇ ਧੱਕਿਆ, ਅਸੀਂ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕੀਤਾ, ਪ੍ਰਾਈਵੇਟ ਸੈਕਟਰ ਨੇ ਮੁਨਾਫਾ ਕਮਾਇਆ। ਮੈਂ ਕਈ ਵਾਰ, ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਪ੍ਰਾਈਵੇਟ ਸੈਕਟਰ ਲਈ ਕੋਵਿਡ ਇੱਕ ਤਰੀਕੇ ਨਾਲ ਵਰਦਾਨ ਸਾਬਤ ਹੋਇਆ, ਜਦੋਂ ਤੁਸੀਂ ਉਹਨਾਂ ਦੀਆਂ ਪ੍ਰੋਫਿਟ ਦੀਆਂ ਫਿਗਰਸ ਦੇਖਦੇ ਆ, ਜਦੋਂ ਤੁਸੀਂ ਦੇਖਦੇ ਜਿੱਦਾਂ ਦੀ ਉਹਨੇ ਫੀਸ ਚਾਰਜ ਕੀਤੀ ਹੈ, ਦੂਜੀਆਂ ਬਿਮਾਰੀਆਂ ਦੇ ਲਈ ਵੀ ਉਹਨੇ ਫੀਸ ਜ਼ਿਆਦਾ ਚਾਰਜ ਕੀਤੀ ਹੈ, ਫਿਰ ਸਰਕਾਰ ਨੂੰ ਅਖੀਰ ਆ ਕੇ ਉਹਨਾਂ ਨੂੰ ਕਹਿਣਾ ਪਿਆ ਕਿ ਲੋਕਾਂ ਤੋਂ ਜਿਹੜੇ ਤੁਸੀਂ ਪੈਸੇ ਲੈ ਵਾਪਸ ਕਰੋ। ਉਹ ਇਹ ਐਕਸਪੋਜ਼ ਕਰਦਾ ਕਿ ਅਸੀਂ ਹੈਲਥ ਸਿਸਟਮ ਸਹੀ ਤਰੀਕੇ ਨਾਲ ਚਲਾ ਨਹੀਂ ਪਾਏ, ਔਰ ਸ਼ਾਇਦ ਆਪਣੋ ਸਾਨੂੰ ਪੂਰੇ ਦੇ ਪੂਰੇ ਮਾਡਲ ਨੂੰ ਇੱਕ ਦੁਆਰਾ ਦੇਖਣ ਦੀ ਜ਼ਰੂਰਤ ਹੈ। ਜਿਹੜੇ ਕਿ ਆਯੁਸ਼ਮਾਨ ਭਾਰਤ ਜਾਂ ਦੂਜੇ ਤਰੀਕੇ ਦੀ ਇੰਸ਼ੋਰੈਂਸ ਪਾਲਿਸੀਆਂ ਇਹ ਸ਼ਾਇਦ ਕੰਮ ਨਹੀਂ ਕਰਨਗੀਆਂ, ਸਾਨੂੰ ਕੋਈ ਉੱਦਾਂ ਦਾ ਕੰਪ੍ਰੀਹੈਂਸਿਵ ਇੰਸ਼ੋਰੈਂਸ ਪਲਾਨ ਲੈਣਾ ਪਏਗਾ ਜੋ ਹਰੇਕ ਹਿੰਦੁਸਤਾਨੀ ਨੂੰ ਕਵਰ ਕਰਦਾ ਹੋਵੇ ਕਿ ਜਦ ਤੁਸੀਂ ਬਿਮਾਰ ਹੋ ਤੁਹਾਨੂੰ ਹੈਲਥ ਮਿਲੇ। ਮੈਂ ਨੋਰਮਲੀ ਇਹ ਗੱਲ ਕਿਹਾ ਕਰਦਾ ਕਿ ਤੁਸੀਂ ਸੋਸ਼ਲਿਜ਼ਮ ਦੀ ਤਰਫ ਨਹੀਂ ਜਾਣਾ ਚਾਹੁੰਦੇ, ਕੈਪੀਟਲਿਜ਼ਮ ਦੇ ਹਿਸਾਬ ਨਾਲ ਇਕਾਨਮੀ ਚਲਾਉਣਾ ਚਾਹੁੰਦੇ ਹੋ, ਤਾਂ ਇਸ ਗੱਲ ਨੂੰ ਜ਼ਰੂਰ ਯਾਦ ਰੱਖਿਓ ਕਿ ਐਜੂਕੇਸ਼ਨ ਅਤੇ ਹੈਲਥ ਇੱਦਾਂ ਦਾ ਸੈਕਟਰ ਹੈ, ਇਸ ਵਿੱਚ ਜਿੰਨੀ ਵੀ ਸਬਸਿਡੀ ਦਿੱਤੀ ਜਾਏ ਉਹ ਘੱਟ ਹੈ, ਕਿਉਂਕਿ ਤੁਸੀਂ ਇਸ ਵਿੱਚ ਆਪਣੇ ਜੋ ਵਸਿੰਦੇ ਨੇ, ਤੁਹਾਡੇ ਨਾਗਰਿਕ ਨੇ, ਉਹਨਾਂ ਦੀ ਦਿਮਾਗੀ ਸਿਹਤ ਅਤੇ ਉਹਨਾਂ ਦੀ ਸਰੀਰਕ ਸਿਹਤ ਦਾ ਖਿਆਲ ਕਰ ਰਹੇ ਹੋ। ਜੇ ਤੁਸੀਂ ਉਹਨਾਂ ਦੀ ਸਰੀਰਕ ਸਿਹਤ ਦਾ ਖਿਆਲ ਰੱਖ ਲਿਆ ਅਤੇ ਉਹਨਾਂ ਦੀ ਜਿਹੜੀ ਹੈ ਦਿਮਾਗੀ ਸਿਹਤ ਦਾ ਖਿਆਲ ਰੱਖ ਲਿਆ, ਉਸ ਤੋਂ ਬਾਅਦ ਉਹ ਫ੍ਰੀ ਹੈ ਕਿ ਉਹਨਾਂ ਆਪਣੀ ਜ਼ਿੰਦਗੀ ਕਿੱਦਾਂ ਚਲਾਉਣੀ ਹੈ। ਪਰ ਜੇ ਤੁਸੀਂ ਉਹਨਾਂ ਨੂੰ ਚੰਗੀ ਸਿਹਤ ਨਹੀਂ ਦੇ ਪਾ ਰਹੇ, ਚੰਗੀ ਸਿੱਖਿਆ ਨਹੀਂ ਦੇ ਪਾ ਰਹੇ, ਫਿਰ ਉਸ 'ਤੇ ਤੁਹਾਨੂੰ ਕੌਨਸੀਕੁਐਂਸੀ ਬਹੁਤ ਤਰੀਕੇ ਨਾਲ ਭੁਗਤਣੇ ਪੈਣਗੇ। ਉਹਦਾ ਇੱਕ ਵੱਡਾ ਅਸਰ ਤੁਹਾਨੂੰ ਕ੍ਰਾਈਮ 'ਚ ਨਜ਼ਰ ਆਏਗਾ, ਕ੍ਰਾਈਮ ਉਹ ਸਾਈਬਰ ਕ੍ਰਾਈਮ ਵੀ ਹੋ ਸਕਦਾ ਹੈ, ਉਹ ਐਕਚੁਅਲ ਕ੍ਰਾਈਮ ਫਿਜ਼ੀਕਲ ਵੀ ਹੋ ਸਕਦਾ ਹੈ, ਔਰ ਉਸ ਵਿੱਚ ਜੋ ਅੰਕੜੇ ਹੈ ਉਹ ਵੀ ਸਾਡੇ ਲਈ ਕੋਈ ਬਹੁਤ ਸੁਖਾਵੇਂ ਨਹੀਂ, ਇਸ ਮੌਕੇ ਚਿੰਤਾ ਦਾ ਵਿਸ਼ਾ ਬਣਦੇ ਨੇ। ਪ੍ਰੋਫੈਸਰ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਪ੍ਰੋਫੈਸਰ ਜਗਵੰਤ ਸਿੰਘ ਜੀ ਨਾਲ ਬਹੁਤ ਸਟੀਕ ਗੱਲਾਂ ਕਰ ਰਹੇ ਅਸੀਂ, ਬਹੁਤ ਵਧੀਆ ਗੱਲਾਂ ਕਰ ਰਹੇ ਨੇ ਔਰ ਬੜੀਆਂ ਕੋਖਵੀਆਂ ਗੱਲਾਂ ਹੋ ਰਹੀਆਂ ਨੇ। ਸਿਹਤ ਸੁਰੱਖਿਆ ਤੇ ਸਿੱਖਿਆ ਤਿੰਨ ਵੱਡੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਜਿਸ ਦਾ ਅਸੀਂ ਐਨਾਲਿਸਿਸ ਕਰ ਰਹੇ ਹਾਂ ਕਿ 1947 ਤੋਂ ਲੈ ਕੇ ਹੁਣ ਤੱਕ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਚਾਹੇ ਕੋਈ ਵੀ ਸਰਕਾਰਾਂ ਹੋਣ, ਚਾਹੇ ਪ੍ਰਾਂਤਕ ਸਰਕਾਰਾਂ ਹੋਣ, ਚਾਹੇ ਕੇਂਦਰ ਦੀਆਂ ਸਰਕਾਰਾਂ ਹੋਣ, ਬਿਲਕੁਲ ਅਸਫਲ ਰਹੀਆਂ ਨੇ। ਔਰ ਇਸ ਅਸਫਲਤਾ ਦਾ ਮੂਲ ਕਾਰਨ ਹੈ ਕਿ ਪੋਲੀਟੀਕਲ ਵਿਲ ਜਿਹੜੀ ਹੈ ਪਾਰਟੀਆਂ 'ਚ ਨਹੀਂ ਹੈ। ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਵੋਟਾਂ ਲੈਣ ਵਾਲੇ ਜਿਹੜੀਆਂ ਪਾਰਟੀਜ਼ ਨੇ ਕਿਸੇ ਹੋਰ ਤਰੀਕੇ ਨਾਲ ਬਿਹੇਵ ਕਰਦੀਆਂ ਨੇ, ਉਦੋਂ ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ, ਜਦੋਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਦਾ ਬਿਹੇਵੀਅਰ ਕੁਛ ਹੋਰ ਤਰੀਕੇ ਦਾ ਹੋ ਜਾਂਦਾ ਹੈ।
देश सोशलिज्म तो कैपीटलिज्म वाल वध रहा है, सोशलिज्म तो कैपीटलिज्म वाल वधदे होए बड़ियां विच ट्रांजिशंस भी ने। 1991 दे विच जिहड़ी है नवीं उद्योगिक पॉलिसी लियांदी गई, इस पॉलिसी नूं लियाउण दे विच उस समय की सरकार ने जो वादे किए सी, जो दिन दिखाए सीगे वो देखने नूं नहीं आए, वो चीज़ा नहीं बनिया। और अगे जाके जेकर असी देखिए नवीं सरकारां बनियां, अज दियां मौजूदा सरकारां भी बेशक कहा जाता है कि अच्छे दिन आएंगे या कुछ इस तरह के नारे जिहड़े आजादी तो 1991 तो पहला भी दिते गए, उस संदर्भ दे विच जिहड़ा है बहुता काम होर हुंदा दिखाई नहीं दे रहा। तो इहदा कारण यही है कि पोलीटिकल विल जिहड़ा है पोलीटिकल पार्टीज दे विच नहीं है। असी इस प्रोग्राम के जरिए किसी पोलीटिकल पार्टी के हमायती या किसी पोलीटिकल पार्टी के विरोधी नहीं है, असी एनालिसिस कर रहे हैं कि 1947 तो लैके हुण तक साडे देश की उन्नती तरक्की ते विफलता का लेखा जोखा की है। प्रोफेसर की कहते हो तुसी इस बारे?